ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਆਇਆ ਸੀਗਾ ਸ਼ਹਿਰ ਨੂੰ ਥੋੜ੍ਹਾ ਜਿਹਾ ਸਮਾਨ ਲੈਣ ਪਰ ਜਦੋਂ ਮੈਂ ਸ਼ਹਿਰ ਆ ਕੇ ਦੇਖਿਆ ਕਹਿੰਦੇ ਅੱਜ ਟੋਟਲੀ ਪੰਜਾਬ ਬੰਦ ਆ ਹੁਣ ਤਾਂ ਮੈਂ ਬਹੁਤ ਅੰਦਰ ਆ ਗਿਆ ਸ਼ਹਿਰ ਦੇ ਸਾਰਾ ਬੰਦ ਆ ਮੈਂ ਵੀ ਕਹਾਂ ਯਾਰ ਅੱਜ ਨਾ ਸ਼ਾਂਤੀ ਜੀ ਬੜੀ ਆ ਪਤਾ ਨਹੀਂ ਕੀ ਚੱਕਰ ਆ ਏਦਾਂ ਨਾ ਪਹਾੜਾਂ ਦੇ ਵਿੱਚ ਹੁੰਦਾ ਹੈ ਸ਼ਾਂਤ ਸ਼ਾਂਤ ਜਿਹਾ ਮਾਹੌਲ ਉਹ ਮਾਹੌਲ ਬਣਿਆ ਹੋਇਆ ਬਸ ਕੋਈ ਕੋਈ ਆਟਾ ਵਾਟਾ ਵੀ ਲੋਕ ਆ ਨਹੀਂ ਤਾਂ ਸ਼ੋਪਾਂ ਸਾਰੀਆਂ ਹੀ ਟੋਟਲ ਸਾਰੀਆਂ ਜਿੰਨੀਆਂ ਵੀ ਆ ਨਾ ਹੋਏ ਲੋ ਇੱਧਰ ਵੀ ਸਭ ਬੰਦ ਆ ਅੱਜ ਉਹਨੂੰ ਨਹੀਂ ਸੀ ਪਤਾ ਅੱਜ ਪੰਜਾਬ ਬੰਦ ਆ ਦੋ ਦਿਨ ਕੰਮ ਸੀਗੇ ਛੋਟੇ ਛੋਟੇ ਉਹਨਾਂ ਕਰਕੇ ਆਇਆ ਸੀਗਾ ਫਿਰ ਮੈਂ ਘੁੰਮਦਾ ਰਿਹਾ ਹੋ ਗਏ 15-20 ਮਿੰਟ ਮੈਨੂੰ ਘੁੰਮਦੇ ਨੂੰ ਜਿੱਥੇ ਜਿੱਥੇ ਮੈਨੂੰ ਕੰਮ ਸੀ ਸਾਰਾ ਕੁਛ ਬੰਦ ਆ ਆਹ ਪਿੱਛੇ ਡੱਬੇ ਪਾਏ ਹੋਏ ਆ ਨਾ ਜਿਹੜੇ ਇਹ ਵੀ ਵਾਪਸ ਕਰਨੇ ਸੀਗੇ ਜਿਹੜੇ ਆਪਣੀਆਂ ਟਾਈਲਾਂ ਦੇ ਵਿੱਚ ਗਰੂਪ ਭਰਦਾ ਨਾ ਉਹ ਸੀਗੇ ਵਾਪਸ ਕਰਨੇ ਉਹ ਆਪਣਾ ਨਾ ਜਿਹੜਾ ਉਹ ਇੱਕ ਡੱਬੇ ਨਾਲ ਹੀ ਸਰ ਗਿਆ ਬਾਕੀ ਹੁਣ ਵਾਪਸ ਕਰ ਦੇਣੇ ਆ ਉਹ ਸਾਰਾ ਕੁਛ ਹੀ ਬੰਦ ਨਿਕਲਿਆ ਅੱਜ ਜਿੰਨਾ ਕੁਛ ਵੀ ਆ ਸਾਰਾ ਕੁਛ ਬੰਦ ਖਾਣ ਪੀਣ ਦੀਆਂ ਚੀਜ਼ਾਂ ਵੀ ਬੰਦ ਏ ਟੂ ਜੈਡ ਸਾਰਾ ਕੁਛ ਹੀ ਬੰਦ ਆ ਮਿਸਟੈਂਕ ਖੜੀ ਕਿਸੇ ਦੀ ਰੈਪ ਕਰਾਈ ਲੱਗਦੀ ਜਿੱਦਾਂ ਲੋਕਡਾਊਨ ਲੱਗ ਗਿਆ ਹੁੰਦਾ ਨਾ ਆਹ ਸੜਕ 'ਤੇ ਗੱਡੀਆਂ ਗੱਡੀਆਂ ਹੁੰਦੀਆਂ ਆ ਕੱਖ ਨਹੀਂ ਹੈਗਾ ਬੰਦ ਸਭ ਭਰਿਆ ਹੁੰਦਾ ਉਹਨੇ ਮੈਂ ਨੈੱਟ 'ਤੇ ਦੇਖਿਆ ਕੋਈ ਸਿਸਟਮ ਆ ਮੈਨੂੰ ਪੂਰਾ ਨਹੀਂ ਪਤਾ ਹਜੇ ਵੀ ਮਾੜਾ ਨੈੱਟ 'ਤੇ ਪੜਿਆ ਮੈਂ ਬਸ ਬਾਕੀ ਸਾਰਾ ਮੇਨ ਮਾਡਲ ਟਾਊਨ ਸ਼ਹਿਰ ਸਾਰਾ ਹੀ ਬੰਦ ਆ ਸ਼ਹਿਰ ਆਪਣਾ ਨਾਰੀਅਲ ਵਾਲਾ ਤਾਂ ਹੈਗਾ ਆ ਲੇਕਿਨ ਨਾਰੀਅਲ ਇੰਨੇ ਆ ਇੱਦਾਂ ਕਦੀ ਮਿੱਠਾ ਜਿਹਾ ਨਹੀਂ ਯਾਰ ਇੱਕ ਨੋਰਮਲ ਅੱਜ ਸਾਰਾ ਬਾਜ਼ਾਰ ਹੀ ਬੰਦ ਆ ਕੀ ਚੱਕਰ ਕਾਹਦੀ ਕਾਹਦੀ ਆ ਹੈ ਝਾੜੂ ਵਾਲੇ ਝਾੜੂ ਦੀ ਸਰਕਾਰ ਆ ਝਾੜੂ ਨੇ ਹੜਤਾਲ ਕਰਤੀ ਯਾਰ ਕਮਾਲ ਝਾੜੂ ਵਾਲਿਆਂ ਨੇ ਹੜਤਾਲ ਕੀਤੀ ਕਹਿੰਦਾ ਮੈਂ ਤਾਂ ਜਦੋਂ ਸ਼ਹਿਰ ਨੂੰ ਆਵਾਂ ਨਾ ਨਾਰੀਅਲ ਪਾਣੀ ਦੇ ਨਾਲ ਨਾ ਫਿਰ ਵਿੱਚੋਂ ਆਹ ਕਢਵਾ ਲਈ ਦੀ ਆ ਗਿਰੀ ਨਜ਼ਾਰਾ ਆ ਜਾਂਦਾ ਯਾਰ ਖਾ ਕੇ ਯਾਰ ਇਹ ਕਈ ਦੁਕਾਨਦਾਰ ਨਾ ਜਿਹੜੇ ਉਹ ਚੋਰੀ ਚੋਰੀ ਸਮਾਨ ਦੇਈ ਜਾਂਦੇ ਦੋ ਕੁ ਜਣੇ ਇੱਧਰ ਖੜੇ ਹੋ ਜਾਂਦੇ ਸ਼ਟਰ ਦੇ ਦੋ ਕੁ ਜਣੇ ਉੱਧਰ ਜਦੋਂ ਗਾਹਕ ਆਉਂਦਾ ਨਾ ਹੌਲੀ ਸ਼ਟਰ ਚੱਕ ਕੇ ਸਮਾਨ ਦੇ ਦਿੰਦੇ ਫਿਰ ਥੱਲੇ ਸਿੱਟ ਦਿੰਦੇ ਆ ਸ਼ਟਰ ਠੇਕੇ ਵਾਲੇ ਤਾਂ ਚਲੋ ਕੱਢਿਆ ਹੁੰਦਾ ਨਾ ਛੇਕ ਉੱਥੋਂ ਚੱਲ ਭਾਊ ਸੜਕ 'ਤੇ ਲਾ ਲਈ ਦੁਕਾਨਦਾਰ ਵੀ ਅੱਜ ਸਕੀਮ ਲਾਉਂਦੇ ਪੂਰੀ ਹੁਣ ਯਾਰ ਰੋਜ਼ ਰੋਜ਼ ਫਿਰ ਧਰਨੇ ਲੱਗਣ ਆਪਣੇ ਫਿਰ ਕਈ ਦੁਕਾਨਾਂ ਇੱਦਾਂ ਦੀਆਂ ਉਹਨਾਂ ਦਾ ਰੋਜ਼ ਦੇ ਹਿਸਾਬ ਨਾਲ ਸਿਸਟਮ ਚੱਲਦਾ ਆ ਉਹ ਤਾਂ ਵਿਚਾਰੇ ਛੁੱਟੀ ਵੀ ਨਹੀਂ ਕਰਦੇ ਕਈ ਦੁਕਾਨਦਾਰ ਸਭ ਸੁੰਨਸਾਨ ਇੱਦਾਂ ਲੋਕਡਾਊਨ ਲੱਗਣ ਦੀ ਤਿਆਰੀ ਹੁੰਦੀ ਇੰਨੀ ਕੁ ਟ੍ਰੈਫਿਕ ਰਹਿੰਦੀ ਨਾ ਨਜ਼ਾਰੇ ਇੰਨੀ ਕੁ ਸਹੀ ਆ ਟ੍ਰੈਫਿਕ ਕੋਈ ਐਕਸੀਡੈਂਟ ਨਹੀਂ ਕੋਈ ਰੌਲਾ ਨਹੀਂ ਰੱਪਾ ਨਹੀਂ ਸ਼ਾਂਤੀ ਸ਼ਹਿਰ ਸਾਰਾ ਬੰਦ ਸੀਗਾ ਅਤੇ ਮੈਂ ਕਿਹਾ ਹੁਣ ਫਾਇਦਾ ਤਾਂ ਕੋਈ ਨਹੀਂ ਇੱਥੇ ਕਿਉਂਕਿ ਕੋਈ ਸ਼ੋਪ ਵੀ ਨਹੀਂ ਖੁੱਲ੍ਹੀ ਮੈਂ ਵਾਪਸ ਆ ਗਿਆ ਫਿਰ ਟੈਲਾਂ ਵਾਲੇ ਲੱਗੇ ਸੀਗੇ ਉਹ ਭਰਨ ਦੇ ਸੀਗੇ ਗਰਾਊਟ ਜਿਹਾ ਅੱਜ ਇਹਨਾਂ ਦਾ ਵੀ ਹਿਸਾਬ ਕਿਤਾਬ ਕਰਨਾ ਸਾਰਾ ਧੁੱਪ ਨਿਕਲੀ ਆ ਸ਼ਾਨਦਾਰ ਦੇਖੋ ਉੱਤੇ ਨਾ ਸਾਫ਼ ਕਲੀਅਰ ਹੋਇਆ ਪਿਆ ਮੌਸਮ ਸਾਰਾ ਸਾਰਾ ਕੁਛ ਨੀਲਾ ਨੀਲਾ ਆ ਉੱਤੇ ਕੋਈ ਬੱਦਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੋ ਗਿਆ ਮਿਸਤਰੀ ਸਾਹਿਬ ਫਾਈਨਲ ਦੇਖਦੇ ਇਹਨਾਂ ਦਾ ਵੀ ਅੱਜ ਫਾਈਨਲ ਸੀ ਇਹਨਾਂ ਨੇ ਪੂਰੀ ਉਹ ਸਫਾਈ ਕਰਤੀ ਤੁਹਾਨੂੰ ਵਿਖਾਉਂਦਾ ਮੈਂ ਨਾਲੇ ਸੀਲਿੰਗ ਵਿਖਾਉਂਦਾ ਜਿਹੜੀਆਂ ਲਾਈਟਾਂ ਲਾਉਣੀਆਂ ਨਾ ਆਪਾਂ ਛੇਕ ਛੂਕ ਵੀ ਕੱਢ ਦਿੱਤੇ ਉਹਦੇ ਉੱਤੇ ਉਹ ਦਿਖਾਉਂਦਾ ਇੱਧਰ ਵੀ ਭਰਤਾ ਵਾਹ ਅੱਜ ਕਲੀਨ ਕੀਤਾ ਸਾਰਾ ਹੀ ਸਾਈਡਾਂ 'ਤੇ ਪੱਟੀ ਪੁੱਟੀ ਕਰਾਉਣ ਵਾਲੀ ਰਹਿੰਦੀ ਆ ਹਜੇ ਬਾਕੀ ਤੁਸੀਂ ਵੇਖ ਸਕਦੇ ਹੋ ਆਹ ਆਪਣਾ ਆ ਗਈਆਂ ਪੌੜੀਆਂ ਇਹਨਾਂ ਨੇ ਥੱਲੇ ਲਾਈਟ ਲਾਉਣੀ ਆ ਥੱਲੇ ਥਾਂ ਦਿੱਤਾ ਆ ਸਾਰੇ ਉੱਤੇ ਨੂੰ ਅਤੇ ਆਹ ਆਪਣੀ ਆ ਗਈ ਸੀਲਿੰਗ ਇੱਥੇ ਛੋਟੀਆਂ ਦੋ ਲਾਈਟਾਂ ਲਾਈਆਂ ਆ ਲੈਂਡ ਸਿਰ 3 ਲੱਗਣੀਆਂ ਆ ਬਾਕੀ ਆਹ ਵੱਡੀ ਛੋਟੀ ਇਹ ਹਿਸਾਬ ਨਾਲ ਬਣਾਇਆ ਆ ਜਗਾੜ ਬਾਕੀ ਪੱਟੀ ਪੁੱਟੀ ਹੋ ਗਈ ਤਾਂ ਵਧੀਆ ਹੋ ਜਾਣਾ ਆ ਉਹ ਤਾਂ ਪੱਟੀ ਤਾਂ ਦੋ ਦਿਹਾੜੀਆਂ ਜਿਹਨਾਂ ਨੇ ਕਰ ਦੇਣੀ ਆ ਅਤੇ ਸਾਈਡਾਂ ਵਾਲੀਆਂ ਕਹਿੰਦਾ ਤਾਂ ਨਹੀਂ ਅਸੀਂ ਹਜੇ ਪੱਟੀ ਕਰਾਉਣ ਦੇ ਕਿਉਂਕਿ ਸੋਚਦੇ ਅਸੀਂ ਜਾਂ ਤਾਂ ਵਾਲਪੇਪਰ ਲਾ ਦਈਏ ਜਾਂ ਇੱਕ ਜਿਹੜੀ ਆਉਂਦੀ ਨਾ ਪਲਾਸਟਿਕ ਦੀ ਆਉਂਦੀ ਪੀ ਵੀ ਸੀ ਜਾਂ ਫਿਰ ਉਹ ਕਰਵਾ ਦਈਏ ਉਹ ਹਜੇ ਸਲਾਹ ਮਸ਼ਵਰਾ ਕਰਾਂਗੇ ਅਤੇ ਜਿੱਦਾਂ
ਸਾਡਾ ਤਾਂ ਇਹ ਸੀਗਾ ਵੀ ਵਾਲਪੇਪਰ ਲਾ ਦਈਏ, ਬਾਕੀ ਜੋ ਵੀ ਇੱਥੇ ਖੁੱਲ੍ਹਣਾ ਆ ਉਸ ਅਕੋਰਡਿੰਗ ਲਾਵਾਂਗੇ ਇੱਥੇ ਜੋ ਵੀ। ਉੱਪਰ ਵੀ ਤੁਹਾਨੂੰ ਮੈਂ ਵਿਖਾ ਹੀ ਦਿੰਦਾ ਹਾਂ ਆਪਣਾ। ਅਰੇ ਤਾਂ ਚੰਗੀ ਤਰ੍ਹਾਂ ਪੋਚਾ ਪੁੱਚਾ ਮਾਰਿਆ ਨਾ, ਅਸਲੀ ਤਾਂ ਫੇਰ ਚਮਕਾਉਣੀ ਆ। ਉੱਪਰ ਵੀ ਸਾਰੇ ਸਫਾਈ ਸਫੂਈ ਕਰਤੀ ਇਹਨਾਂ ਨੇ, ਗਰਾਊਂਡ ਗਰੂਡ ਭਰ ਦਿੱਤਾ ਸਾਰਾ, ਹੁਣ ਵੱਜਦੀਆਂ ਚਮਕਾਂ। ਇੱਥੇ ਵੀ ਸਾਈਡਾਂ 'ਤੇ ਇੱਕ ਇੱਕ ਕੋਡੀ ਮਰਵਾਇਆ ਹੋਇਆ, ਉੱਪਰ ਵੀ ਇਹ ਆਪਸ਼ਨ ਛੱਡਿਆ ਹੋਇਆ ਆ। ਇਹ ਫਿਰ ਡਿਸਾਈਡ ਕਰਾਂਗੇ ਨਾ ਕਰਨਾ ਕੀ ਆ ਇੱਥੇ, ਬਣਾਉਣਾ ਕੀ ਆ ਇੱਥੇ। ਬਾਕੀ ਬਣਾਉਣ ਦਾ ਤਾਂ ਮੈਂ ਪਹਿਲਾਂ ਦੱਸਿਆ ਸੀਗਾ, ਉਹ ਵੀ ਹਜੇ ਆਪਸ਼ਨ ਚੱਲਦਾ ਫਿਰਦਾ ਆ, ਕੋਈ ਪਤਾ ਨਹੀਂ ਕਿੱਦਾਂ ਨੂੰ ਗੇਮ ਘੁੰਮ ਜਾਣੀ ਆ। ਅਤੇ ਇੱਕ ਆਹ ਬਣਾਇਆ ਸੀਗਾ ਇੱਥੇ, ਦੇਖੋ ਤੁਸੀਂ ਉਹਨੇ ਐਨ ਘੜ ਘੜ ਕੇ ਲਾਈ ਆ, ਮੁੰਡੇ ਨੇ ਮਿਹਨਤ ਬਹੁਤ ਕੀਤੀ ਆ, ਟੈਲਾ ਵਾਲੇ ਨੇ। ਅੱਜ ਤੁਹਾਨੂੰ ਸਾਰਾ ਟੂਰ ਕਰਾ ਦਿੰਦਾ। ਆਹ ਆਪਣੀ ਇੱਥੇ ਪ੍ਰੋਬਲਮ ਜੀ ਸੀ ਵੀ ਇੱਥੇ ਸਟੈਪ ਬਣਾ ਦਿੱਤਾ ਇੱਕ ਉੱਚਾ ਕਰ ਦਿੱਤਾ। ਆਹ ਆਪਣਾ ਬਾਥਰੂਮ ਆ ਗਿਆ, ਆਹ ਟਾਇਲ ਹੋਰ ਆ, ਆਹ ਹੋਰ ਆ, ਫਰਕ ਆ, ਲਾਈਟ ਆ, ਡਾਰਕ ਆ। ਇਹਦੇ ਵਿੱਚ ਅਪੋਕਸੀ ਭਰਵਾਈ ਆ, ਥੋੜ੍ਹੀ ਜਿਹੀ ਮਹਿੰਗੀ ਆਉਂਦੀ ਆ ਪਰ ਇਹ ਵਧੀਆ ਆ ਲੌਂਗ ਟਾਈਮ ਲਈ। ਆਹ ਹੋ ਗਿਆ ਆਪਣਾ ਉੱਪਰਲਾ ਪੌੜੀਆਂ, ਇਹਦੇ ਵਿੱਚ ਥੱਲੇ ਉਹ ਵਾਧਰਾ ਜ਼ਿਆਦਾ ਨਹੀਂ ਛੱਡਿਆ, ਨੋਰਮਲ ਆ, ਇਹ ਥੱਲੇ ਲਾਈਟ ਨਹੀਂ ਲਾਉਣੀ। ਇਹ ਸਭ ਤੋਂ ਉੱਤੇ ਆ ਗਿਆ, ਆਹ ਉੱਪਰਲਾ ਪੱਥਰ ਆ, ਬਾਅਦ 'ਚ ਉਹ ਵਿਹੜਾ ਆਪਣਾ ਆ ਗਿਆ। ਕਲੈਟੀਆਂ ਕਲੈਟੀਆਂ, ਬਸ ਕੰਧਾਂ ਦਾ ਕੰਮ ਰਹਿ ਗਿਆ ਹੁਣ, ਕੰਧਾਂ ਦਾ ਸੋਚ ਵਿਚਾਰ ਕਰਾਂਗੇ ਕਰਨਾ ਕੀ ਆ ਇੱਥੇ, ਬਣਨਾ ਕੀ ਆ, ਅਤੇ ਉਸ ਹਿਸਾਬ ਨਾਲ ਪੱਟੀ ਕਰਾਵਾਂਗੇ ਜਾਂ ਵਾਲਪੇਪਰ ਲੱਗੂਗਾ। ਉਹ ਪਿੱਛੇ ਸਾਹਮਣੇ ਸ਼ੀਸ਼ਾ ਲੱਗ ਜਾਣਾ, ਮਤਲਬ ਕੰਮ ਆਪਣਾ ਫਾਈਨਲ ਹੋ ਚੁੱਕਾ ਹੁਣ ਸਾਰਾ, ਹੁਣ ਤਾਂ ਬਸ ਸੁਰਖੀ ਬਿੰਦੀ ਲਾਉਣ ਵਾਲੀ ਰਹਿ ਗਈ ਆ ਕੰਨਾਂ 'ਤੇ। ਬਣਾਈਆਂ ਨਾ ਹਿਸਾਬ ਕੀਤਾ ਮਾਰ ਲਿਆ, ਚਲੋ ਬਾਕੀ ਸੋਚ ਸੋਚ ਲੱਗਣ ਵਾਲੇ ਆ, ਉਹ ਵੀ ਹਜੇ ਆਪ ਹੀ ਨਹੀਂ ਲਵਾਉਣ ਦੇਂਗੇ ਕਿਉਂਕਿ ਕੰਨਾਂ ਦੇ ਕਰਕੇ ਆ ਆਪਣੀ ਸੀਲਿੰਗ ਕਿੱਦਾਂ ਘੱਟਾ ਲੱਗਣਾ। ਉਹ ਥੱਲੇ ਵਾਲੇ ਸਕੋਰ ਪਾਏ ਦੀ ਉੱਪਰ ਨੂੰ ਹੈ ਸ਼ੀਸ਼ੇ ਕੀ ਤਰ੍ਹਾਂ, ਹਾਂ ਉੱਤੇ ਆਹ ਪੈਨ ਦਿਆ ਸਿੱਧਾ ਨਿਸ਼ਾਨ, ਇੱਥੋਂ ਪੂਰੀ ਚਮਕ ਆ। ਮਿਸਤਰੀ ਸਾਹਿਬ ਤਾਜ ਮਹਿਲ, ਤਾਜ ਮਹਿਲ, ਤਾਜ ਮਹਿਲ ਕੀ ਕਰਦਾ ਮੇਰਾ ਤੇ 1996 ਵਾਲੀ ਆ, ਇੰਗਲਿਸ਼ ਵਾਲੀ ਕਿਤਾਬ ਸੀ ਹਮਾਰੀ, ਅੱਜ ਦੇਖੀਏ ਬੜੇ ਟਾਈਮ ਬਾਅਦ। ਮੁੰਡੇ ਨੇ ਹਿਸਾਬ ਬਣਾ ਦਿੱਤਾ ਆ, ਹੁਣ ਮੈਂ ਬਹਿ ਕੇ ਇਹਨਾਂ ਨਾਲ ਹਿਸਾਬ ਕਿਤਾਬ ਕਰ ਲਵਾਂ, ਇਹਨਾਂ ਦੇ ਥੋੜ੍ਹੇ ਜਿਹੇ ਪੈਸੇ ਰੱਖ ਲੈਣੇ ਆਪਾਂ, ਅਤੇ ਜਾਊਗੇ ਨਹੀਂ ਕਿਤੇ ਉੱਧਰਲਾ ਕੰਮ ਕਰਕੇ ਫਿਰ ਜਾਊਗਾ, ਉੱਧਰ ਵੀ ਲਾਉਣੀ ਆ ਹਜੇ। ਪਤਾ ਕੀ ਆ, ਅੱਜ ਮੈਂ ਲੈ ਆਉਣੀ ਆ ਹੋਟਲਾਂ 'ਚ ਸਾਰਾ, ਤੁਹਾਡੀ ਤੁਸੀਂ ਜਾਣਾ ਹੀ ਆ ਨਾ ਉੱਧਰ, ਦੇਖਿਓ ਸੁੰਨ ਸਾਨ ਪਈ ਆ, ਸਾਰਾ ਕੁਛ ਬੰਦ ਆ, ਤੁਹਾਰੀ ਤਰਫ ਤੋਂ ਜ਼ਿਆਦਾ ਬੰਦ ਹੈ ਨਾ, ਸਭ ਕੁਛ ਬੰਦ ਆ। ਇਹ ਘਾਹ ਨੂੰ ਜਿੰਨਾ ਜ਼ਿਆਦਾ ਪਾਣੀ ਲਾਓ ਉਨੀ ਛੇਤੀ ਹੁੰਦਾ, ਹੁਣ ਤਾਂ ਜਿੰਨੇ ਵੀ ਪਾਣੀ ਲੱਗੇ ਮੀਂਹ ਨਾਲ ਹੀ ਲੱਗਦੇ ਰਹੇ, ਹੁਣ ਮੈਂ ਆਪ ਲਾਉਣ ਲੱਗਾ। ਇੱਧਰਲੀ ਸਾਈਡ ਨਾ ਅਸੀਂ ਕੀ ਕਹਿੰਦੇ ਹੁੰਦੇ ਇਹਨੂੰ, ਤੁਲਸੀ, ਤੁਲਸੀ ਹੋ ਗਈ, ਆਹ ਲੌਂਗਾਂ ਦਾ ਬੀ ਹੋ ਗਿਆ ਬੂਟਾ, ਇਹ ਮੈਂ ਲਾਇਆ ਸੀਗਾ। ਇੱਕ ਇੱਥੇ ਹੋਰ ਆ, ਆਹ ਇਹ ਮੇਰੇ ਖਿਆਲ ਨਾਲ ਲੌਂਗ ਆ, ਇੱਕ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ, ਇਹਨਾਂ ਦੀ ਬਾਹਲੀ ਵਧੀਆ ਸਮੈਲ ਆ, ਉਹ ਚਾਹ 'ਚ ਪਾਈਦੇ ਆ, ਚਾਹ ਪੀ ਕੇ ਨਜ਼ਾਰਾ ਹੀ ਆ ਜਾਂਦਾ। ਮੀਂਹ ਦਾ ਮੌਸਮ ਬਣਿਆ ਹੋਇਆ ਆ, ਉੱਪਰ ਬੱਦਲ ਜਿਹਾ ਹੋਇਆ ਆ, 50% ਚਾਂਸ ਹੈਗੇ ਮੀਂਹ ਆਉਣ 'ਤੇ, ਤਾਂ ਕਰਕੇ ਫਿਰ ਮੈਂ ਇੱਦਾਂ ਹੀ ਲਾਉਣ ਲੱਗਾ ਮਾੜਾ ਮਾੜਾ। ਵੈਸੇ ਤਾਂ 2 ਟਾਈਮ ਲਾਉਣਾ ਚਾਹੀਦਾ ਕਿਉਂਕਿ ਘਾਹ ਫੁੱਟਣ ਦਿਆ ਆ। ਬਾਕੀ ਆਪਣੀ ਜਿਪਸੀ ਦਾ ਨਾ 4,10,000 ਤੱਕ ਰੇਟ ਲੱਗ ਗਿਆ, ਅਤੇ ਮੈਂ ਮਨਾ ਕਰ ਦਿੱਤਾ, ਬਾਹਰੋਂ ਵੀ 2 ਪਾਰਟੀਆਂ ਆਈਆਂ ਉਹਨਾਂ ਨੂੰ ਵੀ ਮਨਾ ਕਰਤਾ, ਮੈਂ ਕਿਹਾ ਇੰਨੇ ਦੀ ਨਹੀਂ ਮੈਂ ਦੇਣੀ, ਇੰਨੇ ਦੀ ਤਾਂ ਲਈ ਸੀਗੀ, ਬਾਅਦ 'ਚ ਉਹਦੇ ਉੱਤੇ ਕਿੰਨੇ ਪੈਸੇ ਲਾਏ ਵੀ ਆ, ਹੁਣ ਗੱਡੀ 'ਚ ਕਮੀ ਪੇਸ਼ੀ ਹੈ ਨਹੀਂ, ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀਗਾ ਅਤੇ ਉਹਨਾਂ ਨੂੰ ਵੀ ਨਹੀਂ ਦਿੱਤੀ ਆਪਾਂ। ਅਤੇ ਬਾਕੀ ਕੱਲ੍ਹ ਨੂੰ ਜਾ ਰਹੇ ਹਾਂ ਅਸੀਂ ਪਾਕਿਸਤਾਨ ਗੁਰਦੁਆਰਾ ਸਾਹਿਬ, ਕੱਲ੍ਹ ਵਾਲੀ ਵੀਡੀਓ 'ਚ ਵੇਖਿਓ ਤੁਸੀਂ, ਇੰਸਟਾਗ੍ਰਾਮ 'ਤੇ ਮੈਂ ਪਹਿਲੇ ਦੱਸ ਦਿੱਤਾ ਸੀਗਾ।
ਉੱਤੇ ਮੈਂ ਸਟੋਰੀ ਵੀ ਪਾ ਦਿੱਤੀ ਸੀ ਅਤੇ ਤੁਹਾਨੂੰ ਕੱਲ੍ਹ ਨੂੰ ਪਤਾ ਲੱਗਣਾ ਆ ਕੱਲ੍ਹ ਨੂੰ ਫੁੱਲ ਵੀਡੀਓ ਦੇਖਿਓ ਤੁਹਾਨੂੰ ਦਰਸ਼ਨ ਕਰਾ ਕੇ ਲਿਆਵਾਂਗੇ ਗੁਰਦੁਆਰਾ ਸਾਹਿਬ ਦੇ ਅਤੇ ਮੇਰਾ ਤਾਂ ਗਗਨ ਦਾ ਇਰਾਦਾ ਬਣਦਾ ਸੀਗਾ ਹਿਮਾਚਲ ਜਾਣ ਦਾ ਜਿਪਸੀ ਦੇ ਉੱਤੇ ਅਤੇ ਗਗਨ ਨੇ ਲੇਟ ਕਰਾ ਦਿੱਤਾ ਸੀ ਸਵੇਰੇ ਨਿਕਲ ਜਾਣਾ ਸੀਗਾ ਉਹਦਾ ਅੱਜ ਅਤੇ ਸ਼ਾਮ ਤੱਕ ਆ ਜਾਣਾ ਸੀ ਵਾਪਸ ਉਹਨੇ ਲੇਟ ਕਰਾ ਦਿੱਤਾ 11 ਵਜੇ ਆ ਅਤੇ ਫਿਰ ਅਸੀਂ ਗਏ ਨਹੀਂ ਹਜੇ ਵੀ ਉੱਦਾਂ ਗੱਲ ਚੱਲ ਰਹੀ ਆ ਮੂਡ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਘੁੰਮ ਜਾਵੇ ਕੀ ਉਹਦਾ ਨਿਕਲ ਹੀ ਜਾਈਏ ਬਾਕੀ ਮਾਲੀ ਨੇ ਆਉਣਾ ਆ ਆਪਣੇ ਸਾਰੀ ਕਟਿੰਗ ਸ਼ਟਿੰਗ ਕਰਨ ਵਾਲੀ ਰਹਿੰਦੀ ਆ ਹਜੇ ਅੰਦਰ ਵੀ ਆਹ ਵੀ ਬੂਟੇ ਆਪਾਂ ਪਟਾ ਕੇ ਇੱਥੇ ਚੇਂਜ ਕਰਾ ਦੇਣੇ ਆ ਅਤੇ ਆਪਣੇ ਪ੍ਰਧਾਨ ਸਾਹਿਬ ਘਾਹ ਨੂੰ ਪਾਣੀ ਲਾਉਣ ਦੇ ਸਾਲ ਬਾਅਦ ਜਾ ਕੇ ਘਾਹ ਲਵਾਇਆ ਬਸ ਹੁਣ 2 ਮਹੀਨਿਆਂ ਦੀ ਗੇਮ ਆ 2 ਮਹੀਨਿਆਂ ਤੱਕ ਹੋ ਜਾਣਾ ਹਰਾ ਇੱਦਾਂ ਦਾ ਆਹ ਸੈਂਪਲ ਰੱਖਿਆ ਇੱਦਾਂ ਦਾ ਹੋ ਜਾਣਾ ਹੋਰ ਬਹੁਤ ਆ ਬਾਕੀ ਸਾਡਾ ਨਾ ਆਹ ਪੱਥਰ ਜਿਹੜਾ ਇਹ ਉੱਖੜ ਗਿਆ ਇਹਦੇ ਥੱਲੇ ਨਾ ਮਿੱਟੀ ਨਹੀਂ ਸੀ ਪਵਾਈ ਇਹਦੇ ਮਿੱਟੀ ਦੇ ਥਾਂ 'ਤੇ ਨਾ ਥੱਲੇ ਜਿਹੜਾ ਫੈਕਟਰੀਆਂ ਦਾ ਸਾੜ ਹੁੰਦਾ ਨਾ ਕਾਲੀ ਮਿੱਟੀ ਜਿਹਦੇ 'ਚ ਕੈਮੀਕਲ ਹੁੰਦੇ ਉਹ ਪਵਾਏ ਸੀ ਜਦੋਂ ਕੋਠੀ ਬਣਾਈ ਸੀਗੀ ਅਤੇ ਉਹ ਹੁਣ ਸਾੜ ਜਿਹੜਾ ਆ ਨਾ ਉਹ ਉੱਬਲਣ ਦਿਆ ਥੱਲਿਓਂ ਉਹ ਬਾਹਰ ਨੂੰ ਨਿਕਲਦਾ ਜਿੱਦਾਂ ਜਵਾਲਾਮੁਖੀ ਨਿਕਲਦਾ ਹੁੰਦਾ ਨਾ ਜਿੱਦਾਂ ਕਈ ਵਾਰੀ ਬੰਦੇ ਵਾਲੇ ਮਾਰਦੇ ਆ ਉੱਦਾਂ ਨਿਕਲਦਾ ਆ ਥੱਲਿਓਂ ਉੱਥੋਂ ਵੀ ਨਿਕਲਿਆ ਆ ਇੱਥੋਂ ਵੀ ਆਹ ਕੋਈ ਫੁੱਲ ਹੀ ਗਿਆ ਸਾਰਾ ਹੀ ਆ ਉਹਨੂੰ ਸਾਈਡ ਤਾਂ ਨਹੀਂ ਪਾਣੀ ਮਾੜਾ ਮਾੜਾ ਆਉਂਦਾ ਰਹਿੰਦਾ ਵਿੱਚ ਉੱਧਰਲੀ ਟੈਂਕੀ ਦਾ ਵੀ ਐਨ ਆਉਂਦਾ ਰਹਿੰਦਾ ਬੰਦ ਕਰਾਉਣਾ ਪੈਣਾ ਉਦੋਂ ਤਾਂ ਖੋਲਿਆ ਸੀਗਾ ਆਪਾਂ ਤਾਂ ਲਾਇਆ ਸੀਗਾ ਵੀ ਚੱਲ ਉਦੋਂ ਪਾਣੀ ਹੈ ਨਹੀਂ ਹੁਣ ਤਾਂ ਉੱਧਰ ਪਾਣੀ ਆਪਾਂ ਕਰ ਲਿਆ ਜਗਾੜ ਇਹਨੂੰ ਬੰਦ ਕਰਾ ਦਾਂਗੇ ਫਿਰ ਨੂੰ ਉਹੀ ਟੈਂਕੀ ਤਾਂ ਇੱਧਰ ਨੂੰ ਆਉਂਦਾ ਰਹਿੰਦਾ ਵਾਪਸ ਦੇਖੋ ਸਾਰੀਆਂ ਥੱਲੇ ਦੇ ਗੈਂਸਾਂ ਨਿਕਲਣ ਲੱਗੀਆਂ ਤਾਂ ਉਹਨੂੰ ਫੈਕਟਰੀਆਂ ਦੀਆਂ ਉਦੋਂ ਜਦੋਂ ਕੋਠੀ ਬਣਾਈ ਸੀ ਨਾ ਉਦੋਂ ਮਿੱਟੀ ਸੀਗੀ ਮਹਿੰਗੀ ਉਦੋਂ ਇਹਨਾਂ ਨੇ ਦੇਖਿਆ ਦੁਖਿਆ ਨਹੀਂ ਚੱਕ ਕੇ ਨਾ ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਨੇ ਖੂਹ 'ਚ ਛਾਲ ਮਾਰੀ ਅਤੇ ਦੂਜੇ ਨੇ ਵੀ ਮਾਰਤੀ ਉਹ ਗੱਲ ਹੋਈ ਸਾੜ ਪਵਾ ਲਿਆ ਇੱਥੇ ਅਤੇ ਉਹ ਹੁਣ ਥੱਲਿਓਂ ਭਾਫਾਂ ਨਿਕਲਦੀਆਂ ਆ ਹੁਣ ਇਹ ਪੱਥਰ ਲਵਾਊਂਗਾ ਹੁਣ ਸੈਟਿੰਗ ਸਾਰੀ ਜਿਹੜੀ ਹੁੰਦੀ ਨਾ ਇਹਦੀ ਘਰ ਦੀ ਉਹ ਕੀ ਕਹਿੰਦੇ ਹੁੰਦੇ ਆ ਰਿਪੇਅਰ ਮੁਰੰਮਤ ਹੋਰ ਪਤਾ ਨਹੀਂ ਇੰਗਲਿਸ਼ 'ਚ ਕੀ ਕਹਿ ਦਿੰਦੇ ਉਹ ਮੈਨੂੰ ਕਰਾਉਣੀ ਪੈਂਦੀ ਸਾਰੀ ਪੇਂਟ ਜੋ ਵੀ ਲਟਰਮ ਸ਼ਟਰਮ ਮਾਲੀ ਜੋ ਸਾਰਾ ਕੁਛ ਮੈਨੂੰ ਕਰਨਾ ਪੈਂਦਾ ਆ ਬਾਕੀ ਹੁਣ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਮਾਲੀ ਸੋਰੀ ਤਾਂ ਕੰਮ ਕਰਕੇ ਰਾਜੀ ਨਹੀਂ ਗਾ ਮੈਂ ਇਹ ਕਰੂੰਗਾ ਤਾਂ ਮੈਂ ਉਹ ਕਰੂੰਗਾ ਡਰਾਮੇ 'ਚ ਕਰਦਾ ਰਹਿੰਦਾ ਇੱਧਰਲਾ ਘਾਹ ਵੇਖ ਲਓ ਉਹ ਦੂਜਾ ਹੀ ਘਾਹ ਸਾਰਾ ਹੋ ਗਿਆ ਵਿੱਚ ਮੈਂ ਉਹਨੂੰ ਕਹਾਂ ਗੋਡੀ ਕਰਦੇ ਅੱਜ ਨਹੀਂ ਕਰੂੰਗਾ ਕੱਲ੍ਹ ਕਰੂੰਗਾ ਬਹਾਨੇ ਜਿਹਾ ਲਾਉਂਦਾ ਰਹਿੰਦਾ ਹੈ ਕੋਈ ਨਹੀਂ ਉਹਦੀ ਕਲਾਸ ਲਾਊਂਗਾ ਫੇਰ ਕਰਦਾ ਕੰਮ ਇਹ ਓਕੇ ਮਿੱਤਰੋ ਕੱਲ੍ਹ ਮਿਲਦੇ ਹਾਂ ਬਾਏ ਬਾਏ ਧੰਨਵਾਦ ਵੀਡੀਓ ਚਲੀ ਹੈ ਕਿ ਮੈਂ ਚੱਲਾਂ ਘੁੰਮਣ ਫਿਰਨ ਜਿਪਸੀ 'ਤੇ ਕੱਲ੍ਹ ਨੂੰ ਘੁੰਮਾ ਕੇ ਲਿਆਉਣਾ ਤੁਹਾਨੂੰ ਪਾਕਿਸਤਾਨ ਲੈ ਕੇ ਜਾਣਾ ਕੱਲ੍ਹ ਨੂੰ ਚੰਗਾ ਵੀ